ਕੁਆਲੀਫਿਕੇਸ਼ਨ ਮੇਰੀ ਐਮਏ ਬੀਐਡ ਦੋ ਟਾਈਮ ਮੇਰਾ ਟੈਟ ਕਲੀਅਰ ਹੈ ਜੀ। ਸੈਲਰੀ ਕਿੰਨੀ ਹੈ ਜੀ? ਸੈਲਰੀ 5000 ਤੋਂ ਲੈ ਕੇ 10000 ਤੱਕ ਦੇ ਰਿਹਾ ਜੀ। ਸਰਕਾਰ ਜਿਹੜੀ ਇਹ ਮੇਲੇ ਦੇ ਨਾਂ ਤੇ ਟਕਵੰਜ ਕਰ ਰਹੀ ਹੈ। ਕੈਪਟਨ ਸਰਕਾਰ ਸੱਤਾ ਦੇ ਵਿੱਚ ਘਰ ਘਰ ਨੌਕਰੀ ਦੇ ਲੈ ਕੇ ਆਈ ਸੀ। ਉਹਨਾਂ ਨੇ ਇਹ ਨਹੀਂ ਕਿਹਾ ਸੀ ਅਸੀਂ ਪ੍ਰਾਈਵੇਟ ਨੌਕਰੀਆਂ ਦੇ, ਉਹਨਾਂ ਨੇ ਵਾਅਦਾ ਕੀਤਾ ਸਰਕਾਰੀ ਨੌਕਰੀ ਦਾ। ਮੇਲਾ ਮਾਘੀ ਵੇਖਿਆ ਸੀ, ਮੇਲਾ ਵਿਸਾਖੀ ਵੇਖਿਆ ਸੀ, ਬੜਾ ਰੋਜ਼ਗਾਰ ਮੇਲੇ ਕਦੇ ਨਹੀਂ ਸੁਣੇ ਸੀ। ਇਹ ਸਿਰਫ ਇੱਕ ਡਰਾਮਾ ਹੈ, ਹੋਰ ਇੱਥੇ ਕੁਛ ਨਹੀਂ ਹੈਗਾ। ਇਹਨਾਂ ਨੇ ਕਿਸੇ ਨੂੰ ਕੋਈ ਨੌਕਰੀ ਨਹੀਂ ਦੇਣੀ, ਪ੍ਰਾਈਵੇਟ ਨੌਕਰੀਆਂ ਸਰਕਾਰ ਵੱਲੋਂ ਕੋਈ ਨੌਕਰੀ ਨਹੀਂ ਦਿੱਤੀ ਜਾ ਰਹੀ ਜੀ ਇੱਥੇ। ਪੰਜਾਬ ਸਰਕਾਰ ਵੱਲੋਂ ਲਗਾਤਾਰ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ ਦੇ ਵਿੱਚ ਲਗਾਤਾਰ ਬੇਰੋਜ਼ਗਾਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਬੇਰੋਜ਼ਗਾਰ ਸਰਕਾਰ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਕਾਰਨ ਹੈ 5 ਤੋਂ 10 ਹਜ਼ਾਰ ਦੇ ਵਿੱਚ ਮਿਲਣ ਵਾਲੀਆਂ ਨੌਕਰੀਆਂ। ਉਹਨਾਂ ਦਾ ਕਹਿਣਾ ਹੈ ਕਿ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਸਰਕਾਰ ਸਾਨੂੰ ਇੱਦਾਂ ਰੋਲਣ ਲਈ ਮਜਬੂਰ ਕਰ ਰਹੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅਨੀਸ਼ ਕੱਕੜ ਨੇ ਕਿਹਾ ਕਿ ਉਹ ਐਮਏ ਬੀਐਡ ਪਾਸ ਹੈ ਤੇ 2 ਵਾਰ ਟੈਟ ਕਲੀਅਰ ਕਰ ਚੁੱਕਾ। ਅੱਜ ਉਸਨੇ ICICI ਬੈਂਕ ਅਤੇ ਸੇਤੀਆ ਪੇਪਰ ਮਿਲ ਲਈ ਅਪਲਾਈ ਕੀਤਾ, ਜਿਸ ਦੀ ਤਨਖਾਹ 5 ਤੋਂ 10 ਹਜ਼ਾਰ ਦੇ ਵਿੱਚ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਪੂਰੇ ਨਹੀਂ ਕੀਤੇ। ਇਸ ਦੇ ਨਾਲ ਹੀ ਕੋਟਪੁਰਾ ਤੋਂ ਪਹੁੰਚੀ ਵਿਕਲਾਂਗ ਲੜਕੀ ਰਾਜਕੁਮਾਰ ਨੇ ਕਿਹਾ ਕਿ ਉਹ 5ਵੀਂ ਵਾਰ ਰੋਜ਼ਗਾਰ ਮੇਲੇ ਵਿੱਚ ਪਹੁੰਚੀ ਹੈ ਤੇ ਹਰ ਵਾਰ ਉਸਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਤੋਂ ਫੀਲਡ ਵਿੱਚ ਕੰਮ ਨਹੀਂ ਹੋਣਾ ਤੇ ਅੱਜ ਵੀ ਇੰਟਰਵਿਊ ਨਹੀਂ ਹੋਈ। ਉਹਨਾਂ ਕੈਪਟਨ ਸਰਕਾਰ ਤੇ ਰੋਜ਼ਗਾਰ ਮੇਲੇ ਨੂੰ ਬੁਰੀ ਤਰ੍ਹਾਂ ਫੇਲ ਦੱਸਿਆ ਤੇ ਕਿਹਾ ਕਿ ਬੇਰੋਜ਼ਗਾਰਾਂ ਨਾਲ ਭੱਦਾ ਮਜ਼ਾਕ ਕੀਤਾ ਜਾ ਰਿਹਾ। ਉੱਥੇ ਹੋਰ ਵੀ ਕਈ ਨੌਜਵਾਨ ਇਸ ਦੌਰਾਨ ਰੋਸ ਜਤਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਬੋਨੀ ਬੇਦੀ ਨੇ ਕਿਹਾ ਕਿ ਉੱਚ ਸਿੱਖਿਆ ਪ੍ਰਾਪਤ ਬੇਰੁਜ਼ਗਾਰ ਸਰਕਾਰੀ ਨੌਕਰੀਆਂ ਨੂੰ ਤਰਸ ਰਹੇ ਨੇ, ਜਦਕਿ ਸਰਕਾਰ ਨੌਕਰੀਆਂ ਦੇਣ ਦੀ ਬਜਾਏ ਪ੍ਰਾਈਵੇਟ ਨੌਕਰੀਆਂ ਦੇਣ ਦੇ ਡਰਾਮੇ ਕਰ ਰਹੀ ਹੈ। ਉਹਨਾਂ ਕਿਹਾ ਕਿ ਬੇਰੁਜ਼ਗਾਰਾਂ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਸਮਾਜ ਸੇਵਕ ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਸਿਆਸੀ ਲੋਕ ਚੱਟ ਰਹੇ ਹਨ ਤੇ ਰੁਜ਼ਗਾਰ ਮੇਲਿਆਂ ਦੇ ਨਾਤੇ ਨੌਜਵਾਨਾਂ ਨੂੰ ਬੇਇੱਜ਼ਤ ਤੇ ਖੱਜਲ ਖੁਆਰ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਜਦੋਂ ਸਿਆਸੀ ਆਗੂ ਵੋਟਾਂ ਮੰਗਣ ਆਉਂਦੇ ਹਨ ਤਾਂ ਉਹਨਾਂ ਨੂੰ ਸਵਾਲ ਕੀਤੇ ਜਾਣਗੇ, ਵੱਡੇ ਵੱਡੇ ਵਾਅਦੇ ਤਾਂ ਪੂਰੇ ਹੁੰਦੇ ਨਹੀਂ, ਫਿਰ ਕੀਤੇ ਕਿਉਂ ਜਾਂਦੇ ਨੇ? ਕੀ ਨਾਮ ਤੇ ਕੀ ਕੁਆਲੀਫਿਕੇਸ਼ਨ? ਮੇਰਾ ਨਾਮ ਅਨੀਸ਼ ਕੁੱਕੜ ਹੈ ਜੀ। ਕੁਆਲੀਫਿਕੇਸ਼ਨ ਮੇਰੀ ਐਮਏ ਬੀਐਡ, 2 ਟਾਈਮ ਮੇਰਾ ਟੈਟ ਕਲੀਅਰ ਹੈ ਜੀ। ਕਿਸ ਕੰਪਨੀ ਲਈ ਜੋਬ ਲੈਣ ਆਏ ਹੋ? ICICI ਬੈਂਕ ਅਤੇ ਸੇਤੀਆ ਪੇਪਰ ਮਿਲ ਲਈ ਮੈਂ ਅਪਲਾਈ ਕੀਤਾ ਜੀ। ਸੈਲਰੀ ਕਿੰਨੀ ਹੈ ਜੀ? ਸੈਲਰੀ 5000 ਤੋਂ ਲੈ ਕੇ 10000 ਤੱਕ ਦੇ ਰਿਹਾ ਜੀ। ਮਿਲ ਸਕਦੀ ਹੈ ਨੌਕਰੀ ਜਾਂ ਕੀ ਲੱਗ ਰਿਹਾ? ਦੇਖੋ ਜੀ, ਟਰਾਈ ਕਰਨ ਤਾਂ ਆਏ ਆ, ਉਮੀਦ ਆ ਕੁਛ ਤਾਂ ਕੁਛ ਕਰਨਾ ਹੀ ਪਊਗਾ ਜੀ। ਨਾ ਹੀ ਸਰ, ਦੇਖੋ ਜੀ 4 ਸਾਲ ਹੋ ਗਏ, 4.5 ਸਾਲ ਹੋ ਗਏ, ਜੋ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਜੀ ਵੀ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਉਹਨਾਂ ਦੇ ਨਾਂ 'ਤੇ ਕੁਝ ਆ ਮਜ਼ਾਕ ਕਰ ਰਿਹਾ। ਉਹਨਾਂ ਨੇ ਅੱਜ ਤੱਕ ਕੋਈ ਨੌਕਰੀ। ਓਕੇ ਸਰ, ਕੀ ਕਹਿਣਾ ਚਾਹੋਗੇ ਜਿਹੜੇ ਸਰਕਾਰ ਨੇ ਰੁਜ਼ਗਾਰ ਮੇਲੇ ਲਗਾਏ ਹੈ, ਕਿੰਨੀ ਕੁ ਵੱਡੀ ਪ੍ਰਾਪਤੀ ਹੈ ਸਰਕਾਰ ਦੀ? ਦੇਖੋ ਇਹ ਪ੍ਰਾਪਤੀ ਨਹੀਂ ਹੈ, ਜੇ ਰੁਜ਼ਗਾਰ ਮੇਲੇ ਵੇਖਣੇ ਆ ਤਾਂ ਸਵੇਰੇ ਜਿਹੜਾ ਹੈ ਨਾ ਗੁਰੂ ਗੋਬਿੰਦ ਸਿੰਘ ਪਾਰਕ ਉੱਥੇ ਆ ਜਾਇਓ, ਮੰਡੀ ਦੇ ਵਿੱਚ ਆ ਜਾਇਓ, ਉਹ ਵੀ ਇੱਕ ਰੁਜ਼ਗਾਰ ਮੇਲੇ ਹੈ ਕਿਉਂਕਿ ਦਿਹਾੜੀ 'ਤੇ ਲੋਕ ਜਾਂਦੇ ਹੈ। ਇਹ ਕਾਂਗਰਸੀ ਅਕਾਲੀ ਸਾਰੇ ਉੱਥੋਂ ਨੋਟ ਕਰ ਲਿਆ ਕਰਨ ਕਿ ਇੰਨੇ ਬੰਦਿਆਂ ਨੂੰ ਅਸੀਂ ਰੁਜ਼ਗਾਰ ਦਿੱਤਾ। ਅਸੀਂ ਮੇਲਾ ਮਾਘੀ ਵੇਖਿਆ ਸੀ, ਮੇਲਾ ਵਿਸਾਖੀ ਵੇਖਿਆ ਸੀ, ਬੜਾ ਰੁਜ਼ਗਾਰ ਮੇਲੇ ਕਦੇ ਨਹੀਂ ਸੁਣੇ ਸੀ। ਇਹ ਨੌਜਵਾਨਾਂ ਦੀ ਹਰਾਸਮੈਂਟ ਹੈ। ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਨੌਜਵਾਨਾਂ ਦੀ ਇੰਨੀ ਬੇਇੱਜ਼ਤੀ ਨਾ ਕਰੋ। ਤੁਸੀਂ ਰੁਜ਼ਗਾਰ ਦਿੱਤਾ ਸੀ, ਕਿਹਾ ਸੀ ਕਿ ਅਸੀਂ ਸਾਰੇ ਨਸ਼ੇ ਨੁਸ਼ੇ ਬੰਦ ਕਰਕੇ ਅਤੇ ਅਸੀਂ ਇਹਨਾਂ ਨੂੰ ਰੁਜ਼ਗਾਰ ਦੇਵਾਂਗੇ, ਤਾਂ ਕੋਈ ਰੁਜ਼ਗਾਰ ਇਹਨਾਂ ਨੂੰ ਨਹੀਂ ਦਿੱਤਾ। ਪਰ ਹੋਇਆ ਕੀ ਹੈ ਕਿ ਤੁਸੀਂ ਜਿਹੜਾ ਪੰਜਾਬ ਦਾ ਖਜ਼ਾਨਾ ਹੈ ਇਹ ਸਿਆਸੀ ਲੋਕ ਚੱਟੀ ਜਾਂਦੇ ਹੈ। ਇਹਨਾਂ ਨੂੰ, ਕਿਸਾਨਾਂ ਨੂੰ, ਨੌਜਵਾਨਾਂ ਨੂੰ, ਇਹ ਨੌਜਵਾਨ ਮੈਂ ਸਾਰੇ ਦੇਖ ਰਿਹਾ ਕਿਸਾਨੀ ਨਾਲ ਤਲਕ ਰੱਖਦੇ ਹੈ, ਪਰ ਇਹ ਰੁਜ਼ਗਾਰ ਮੰਗਣ ਆਏ ਹੈ। ਕਿੱਥੇ ਗਈਆਂ ਇੰਟਰਵਿਊਆਂ? ਕਿੱਥੇ ਗਏ ਉਹ ਪ੍ਰਮਾਣ ਪੱਤਰ? ਸਰਕਾਰੀ ਨੌਕਰੀ ਇਹਨਾਂ 'ਚੋਂ ਇੱਕ ਵੀ ਨਹੀਂ ਮਿਲ ਰਹੀ, ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦੇ ਰਹੀ ਹੈ ਸਰਕਾਰ। ਇਹ ਰੁਜ਼ਗਾਰ ਮੇਲੇ ਦੇ ਕੇ, ਰੁਜ਼ਗਾਰ ਮੇਲੇ ਲੋਲੀਪੋਪ ਜਿਹਾ ਦੇ ਕੇ ਲੋਕਾਂ ਨੂੰ ਵਰਾਉਣਾ ਚਾਹੁੰਦੀ ਹੈ, ਕਿਉਂਕਿ 22 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਜਿੱਤਣੇ ਹੈ। ਤਾਂ ਮੈਂ ਸਾਰਿਆਂ ਨੂੰ ਕਹੂੰਗਾ ਕਿ ਭਾਈ, ਜਦੋਂ ਤੁਹਾਡੇ ਕੋਲ ਕੋਈ ਵੋਟਾਂ ਮੰਗਣ ਆਉਂਦਾ ਹੈ ਤਾਂ ਉਸ ਨੂੰ ਇਹ ਪੁੱਛੋ ਕਿ ਭਾਈ ਤੂੰ ਪਿੱਛੇ ਕੀ ਕੀਤਾ ਸੀ ਅਤੇ ਗਾਂਹ ਕੀ ਕਰਨਾ ਹੈ, ਕਿੱਥੋਂ ਪੈਸਾ ਲਿਆਏਗਾ, ਕਿੱਥੋਂ ਰੁਜ਼ਗਾਰ ਦੇਵੇਗਾ। ਇਹ ਬਿਲਕੁਲ ਗੱਲਾਂ ਗਲਤ ਹੈ। ਇੱਕ ਪਾਰਟੀ ਕਹਿ ਦਿੰਦੀ ਹੈ 400 ਯੂਨਿਟ ਦੇਊਂ, ਦੂਜੀ ਕਹਿੰਦੀ ਹੈ 500 ਯੂਨਿਟ ਦੇਊਂ। ਇਹ ਯੂਨਿਟ ਆਉਣਗੇ ਕਿੱਥੋਂ? ਬਸ ਵੱਡੀ ਪ੍ਰਾਪਤੀ ਮੰਨਦੇ ਹੋ ਸਰਕਾਰ ਦੀ ਇਹਨਾਂ ਮੇਲੇ? ਪ੍ਰਾਪਤੀ ਤਾਂ ਇਹਨਾਂ ਦੀ ਦੇਖੋ ਜੀ ਇਹ ਆ ਵੀ ਜਿਹੜੇ 2-2 ਵਾਰੀ ਟੈਟ ਪਾਸ ਆ, 2-2 MA ਕੀਤੀਆਂ, 3-3 ਉਹਨਾਂ ਨੇ BEd, 2 ਵਾਰੀ BEd ਕੀਤੀਆਂ, ਉਹ ਬੰਦੇ ਇੱਥੇ 5-5 ਹਜ਼ਾਰ ਦੀ ਨੌਕਰੀ ਲੱਭਦੇ ਫਿਰਦੇ ਆ।
तो मैं वेख्या इतने बेचारे जोड़े कोई हैंडीकैप है जोड़े कोई अपाहज आ वह भी बेचारे इतने नौकरियों धक्के खाई जाते हैं। सिर्फ एक ड्रामा है होर इतने कुछ नहीं है। इन्होंने किसी को कोई नौकरी नहीं देनी, प्राइवेट नौकरियां सरकार वालों कोई नौकरी नहीं दी जा रही जी। इतनी सरकारी अदारों के उही तो मैं यही रुजगार मेला जी। सिर्फ एक प्राइवेट कंपनियां इतने जड़िया है सरकारी जेडे वो तो पहला बेचारे उन्होंने क्ढी जाते जेडे उ पेल्ला जेडे सरकारी मुलाजम उन्होंने तनखाह छेवं पे कमीशन वह तो बेचारे पहला सड़कों पर बैठे आ। सो कृपा करके बेनती आ जेडे बेरोजगार आ इन्हों का मजाक ना उड़ाया जाए। मेरा नाम गुरदेव सिंह है जी। मैं ग्रेजुएशन की हुई है तो पिंड मेरा चक बाजा तो मैं दूजी वारी मेले से आया। सरकार जी मेले के नाते टकवंज कर रही है। कैप्टन सरकार सत्ता के घर घर नौकरी लैके आई थी। उन्होंने ये नहीं कहा कि प्राइवेट नौकरी उन्होंने वादा किया सरकारी नौकरी का। इतने 8-8 हज़ार रुपया जी तनखाह जो कंपनियां आई हुई किसी भी घर का परता नहीं चलता, किसी भी घर का पूरा नहीं पैंदा। नहीं जी उत्थे तो वारी नहीं आउंदी, इन्ने लोग आए हुए इंटरव्यू च वारी नहीं आ रही। तो रुजगार तो बहुत दूर दी गल्लां, जे रुजगार की गल करदे बजिंदर सिंगला की कोठी अगे BRDTT वाले अध्यापक पक्का मोर्चा 9 महीना तो लाया हुआ उन्होंने रुजगार देन। ये मेलियां का टकवंज करके ये टकवंज जिहड़ा बंद करन, रुजगार देना सड़कों पर जिन्हां नूं रुजगार देना उन्होंने जिहड़ा पक्का हल करन। ये मेले बेरोजगारी का हल नहीं है। ये सरकारां आपदे वादियां तों मुकर रहियां। यह आपदा टाइम टपाउण दे विच कैप्टन सरकार लगी हुई आ कि किसे बहाने 6 महीने जिहड़े टप जाण। और किन्नी क्वालिफिकेशन है की कहना चाहुंदे? नाम जी मेरा गुरफतेह सिंह है जी। मैं यही कहना चाहुंदा हां कि यह जिहड़ा कैप्टन सरकार ने नौकरियां का मतलब जिहड़ा कहिंदे आ इहनूं एक तमाशा ही कह लो, गौरमेंट का तमाशा है। यह नौकरियां दे नां ते लेबर वालियां नौकरियां देई जांदे आ जिवें थोड़े पैसे मिलते आ जिहदे विच मतलब जिहड़ियां नौकरियां पंजाब दे मतलब नौजवान भालदे आ उह नौकरियां नहीं गईआं। ये वो नौकरियां जिहड़ियां फॉर्मेलिटियां बस ये LIC घर घर फिर के तुर के जिहड़ा बीमे करने जां मार्केटिंग करनी इहो जिहे काम तो असीं जदों मर्जी लै लईए। इहो जिहे कामां दा की है? इहो जिहे काम असीं जदों मर्जी किसी भी मिल दे विच जाके लै सकते हैं, लेबर कर सकते हैं, जदों भी लै सकते हैं। सरकार ने नौकरियां दा किहड़ा वादा कीता सी कि देई किहड़ी दिंदी है? इस करके असीं ना बहुत ज़्यादा नौजवान तो पहले ही बेचारा धक्के खा खा के बुरा हाल होया पिया ते हाथ सर्टिफिकेट ले फिरदे हैं। तो सरकार जिहड़ी आ वो कहिंदी रुजगार मेला, मैं कहा चलो देख आउणे वी किहड़ा रुजगार मेला जिथे भी लगता है। तुहाडी क्वालिफिकेशन की है और की जॉब केड़ी तुहानूं लगदा वी इत्थे सूटेबल है? मेरी +2 क्वालिफिकेशन है जी, पर मैनू नहीं लगी कि मतलब जॉब इत्थे कोई भी वधिया हैगी है। मतलब लेबर ही है समझ लो एक हिसाब दी। ते बाकी तुहानूं पता ही है जिहड़ियां पार्टियां होंदियां उन्होंने इलैक्शन करके आपो अपना नाम चमकाउणा हुंदा, ठीक है? तो लीडर साहबान आ जाते हैं कि असी ये करता वो करता, उत्थे भी आपकी मतलब एक हिसाब नाल वो पार्टी की वो ही करके गए है। फिलहाल तो हुई नहीं, जरा आंदा होगा सू फील्ड वाला चाहिए है भी इदा मतलब बैटिंग वाला काम नहीं मिलता, स्टिचिंग वाला काम नहीं मिलता। बड़ा फील हों क्योंकि असं इदा के लोग है, किसी से डिपेंड है कि असं अपने आप निर्भर होना चाहिए। फिलहाल जी DC साहब कुछ भी है, सॉरी मेरी गल का बुरा नंबर ने, पर साढ़े बंदा मजाक हों हर थगा जाके जी। मेरा नाम सतनाम सिंह, पिंड मेरा थांदे वाला। नहीं सर रुजगार मिले चाहिए, सब तो पहला तो यही है भी इतने बहुत वड्डा धक्का हो रहा सारे नाल, क्योंकि रुजगार मिले सुबह दे आए हैं, ठीक है, लैना लगिया हुई हैं, कोई पुछगिछ नहीं, कोई पानी का प्रबंध नहीं। तो एक मैं SC कास्ट के नाते, एक SC कास्ट का बच्चा होने के नाते, जिहड़ा कि धर्मजोत सिंह साधु सिंह धर्मजोत मंत्री आ, जिहड़ा कि साडे स्कॉलरशिप के वजीफे भी खा चुके, लगभग 60-65 करोड़ साडे खा चुके, तो असी अज भी ये सड़क पर रोल रहे हैं। जे असी किसी कॉलेज प्रोफेसनल कॉलेज JD जां मान लो बाबा नाल कॉलेज दे विच BEd जां EdD करन जांदे आ, वह कह रहे असीं 70 या 80 हज़ार रुपये फीस लवेंगे। गरीब बच्चा इन्नी फीस कित्थे पे कर सकता? सो मैं कैप्टन सरकार नूं यही कहना चाहुंदा कि गरीब बच्चे दे रुजगार दे नाल नाल पढ़ाई ते वी ध्यान दिओ जी। धन्यवाद जी।
श्री मुक्तसर साहब तो रणजीत सिंह ढिल्लो की रिपोर्ट। वधेरे खबरां लई तुसीं देखदे रहो अजीत वैब टीवी। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।